ਬਾਜ਼ਾਰ 'ਚ ਆ ਗਿਆ ਜੀ, ਟਰੱਕ ਹੈ, ਹੁਣ ਪਤਾ ਨਹੀਂ ਕਿਆ ਆਉਂਦਾ ਆ। ਇਹ ਯਾਤਰਾ ਗਿਆ ਸੀਗਾ ਜੀ, ਮੰਡੀ ਵਿੱਚ ਗਿਆ ਸੀਗਾ, ਤਾਂ ਮੰਡੀ ਵਿੱਚੋਂ ਮੈਂ ਆਉਣਾ ਮਾਲ ਸਾਰਾ ਜਿਹਾ ਲੱਦੀ ਦਾ ਆਈ ਬਾਜ਼ਾਰੇ। ਆਵਾਜ਼ ਲੱਗ ਰਹੀ ਹੈ ਜੀ, ਤਾਜ਼ਾ ਮਿੱਠਾ ਕੇਲਾ 150 150 150, ਚਲੇ ਆਓ ਚਲੇ ਆਓ 150। ਕਿਸਾ ਦਰਜਨ ਲਿਆ ਉਹਨੇ, ਦਰਜਨ 150 250 ਦੁਕਾਨਾਂ ਪਰ ਵਿਕਣਾ। ਉਹ ਕੇਲਾ ਬੜਾ ਹੋਣਾ, ਕੇਲਾ ਚੱਕ ਲਓ ਉਹਦਾ। ਚਲੋ ਜੀ, ਕੇਲਾ ਵੀ ਚੱਕ ਕਰਨੇ ਆ, ਕਰਕੇ ਕੇਲਾ ਬੜਾ ਨਾ ਤੇ ਨਹੀਂ ਜੁਰਮਾਨਾ ਹੋ ਸੀ। ਇਹ ਗੱਲ ਚੱਕ ਕਰੋ ਜੀ, ਕੇਲਾ ਚੱਕ ਕਰੋ ਜੀ, ਲੋਹੜੀ ਤੇ ਚੱਕ ਰਸੋਏ ਤਾਂ ਨਿਕਾ ਨਾ ਤੇ ਕੋਣਾ ਕੌਣ ਫਿਰ ਬੜਾ। ਰਾਸ਼ਦ ਸ਼ਬੀਰ ਜੀ, ਮਾਡੇ ਦੋਸਤੋ ਅਸਲਾਮ ਵਾਲੀਕੁਮ, ਉਮੀਦ ਕਰਨਾ ਸਾਰੀ ਠੀਕ ਠਾਕ ਸੋ, ਖੁਸ਼ ਬਾਸ਼ ਸੋ, ਔਰ ਅੱਲਾਹ ਤਾਲਾ ਨੇ ਹਿਫਜ਼ ਓ ਅਮਾਨ ਚ ਸੋ। ਮੈਂ ਰਾਸ਼ਦ ਸ਼ਬੀਰ, ਸੋ ਤਕੀਰੇ ਯੂਟਿਊਬ ਚੈਨਲ ਔਰ ਫੇਸਬੁੱਕ ਪੇਜ ਰਾਸ਼ਦ ਸ਼ਬੀਰ, ਅੱਜ ਸੋਹਣੀ ਖਿਦਮਤ ਫਿਰ ਹਾਜ਼ਰਾਂ ਜੀ ਇੱਕ ਨਵੀਂ ਵੀਡੀਓ ਕੀ ਨੀਤ ਹੈ। ਕੁਝ ਮੌਸਮ ਜਿਹੜਾ ਜੀ ਅੱਜ ਸਹੀ ਸਾਫ ਸੁਥਰਾ ਆ, ਔਰ ਗਰਮੀ ਵਾਲਾ ਮੌਸਮ ਸਾਫ ਹੈ, ਚਾਨਣਾ ਚੜ੍ਹੇ ਹੋਣ ਤਾਂ ਫਿਰ ਸਮਝੋ ਕਿ ਗਰਮੀ ਹੀ ਗਰਮੀ ਹੈ। ਤੁਹਾਡੇ ਮੂੰਹ ਅਸੋਂ ਅੰਦਾਜ਼ਾ ਵੀ ਲਾਈ ਸਕਣਾ ਕਿ ਗਰਮੀ ਕਿਤੀ ਆ ਕੀ ਆ, ਪਸੀਨਾ ਮੀਂਹ ਆਇਆ ਤਾਂ ਮੂੰਹ ਪਤਾ ਹੀ ਆ ਚੱਲੀ ਰਿਹਾ ਕਿ ਮੈਂ ਧੋਤਾ ਹੋਇਆ ਪਸੀਨਾ ਨਾਲ। ਧਾਵਾ ਨਾ ਇੱਥੇ ਬਿਲਕੁਲ ਨਾ ਹੀ ਕੋਣੀ ਹੈ, ਧਾਵਾ ਝੁੱਲਣੀ ਹੋਇਆ ਤਾਂ ਮੌਸਮ ਥੋੜ੍ਹਾ ਬਹੁਤਾ ਚੇਂਜ ਵੀ ਹੋ ਹੀ ਜਾਣਾ ਆ। ਤਾਂ ਬਾਕੀ ਇਸ ਵੇਲੇ ਮੈਂ ਮੌਜੂਦ ਹਾਂ ਜੀ ਆਪਣੇ ਘਰ 'ਚ ਹੀ, ਅਸਾਂ ਤੱਕ ਗਾਂ ਬਾਠੀ ਵੀ ਆ ਇਸ ਵੇਲੇ, ਚਰਾ ਸ਼ਰਾ ਕੜੀ ਤਾਂ ਜੋ ਅਸਾਂ ਤੱਕ ਬਿਲਕੁਲ ਸਾਫ ਸੁਥਰੀ ਗੜੀ ਹੋਈ ਆ, ਤਾਂ ਗੜੀ ਵੀ ਜਿਹੜੀ ਹੈ ਜੀ ਉਹ ਵੀ ਆਲਮੋਸਟ ਇਸ ਨੇਰਾ ਲਾਈ ਹੋਈ ਹੈ। ਇਹ ਗਾਂ ਨੀਲੇ ਸੁੱਕੇ ਪੱਠੇ ਜਿਹੜੇ ਹੈ ਜੀ ਉਹ ਪਸੰਦ ਕਰਨੀ ਹੈ। ਤਾਂ ਬਾਕੀ ਅਗਰ ਸਾਂ ਕਿ ਮੈਂ ਆਪਣਾ ਗਰਾਂ ਚੱਕ ਕਰਾਂ ਜੀ ਬੂਟਿਆਂ ਦੇ ਵਿੱਚੋਂ, ਮਾਸ਼ਾਅੱਲਾ ਉਸ ਦਾ ਵਿਊ ਹੈ ਜੀ ਉਹ ਬਹੁਤ ਹੀ ਪਿਆਰਾ ਆ। ਮਾਸ਼ਾਅੱਲਾ ਲੋਕ ਆਪਣੇ ਕੰਮਾਂ ਕਾਜਾਂ 'ਚ ਲੱਗੇ ਹੋਏ, ਮਿੱਟੀ ਸ਼ਿੱਟੀ ਸੱਟੀ ਰਹੇ, ਮਾਸ਼ਾਅੱਲਾ। ਅੱਜ ਕੋਈ ਗ੍ਰਹਿ 'ਚ ਕੰਮ ਹੋ ਰਿਹਾ, ਮੈਨੂੰ ਪਤਾ ਨਹੀਂ ਆਪਣੇ ਘਰਾਂ ਨਾਲ ਹੋ ਰਿਹਾ ਜਾਂ ਗ੍ਰਹਿ ਵਾਲੇ ਨਾਲ ਕੰਮ ਹੋ ਰਿਹਾ, ਇਸ ਗ੍ਰਹਿ ਤੋਂ ਕੋਈ ਪਤਾ ਨਹੀਂ ਆ। ਜੈਸਾ ਕਿ ਮੈਂ ਨਾ ਕਹਿੰਦਾ ਸੀ ਕਿ ਅੱਜ ਹਵਾ ਨਾ ਕੋਈ ਨਾ ਹੀ ਕਹਣੀ ਆ, ਨਾ ਕਿ ਨਹੀਂ ਦੇਰ ਹੋਈ ਆ ਤੁਸਾਂ ਤੱਕ, ਹੁਣ ਹਵਾ ਵੀ ਆਈ ਗਿਆ, ਬੂਟੇ ਹੁਣ ਅੱਲਾਂ ਝੁੱਲਣਾ ਸ਼ੁਰੂ ਹੋਈ ਗਏ। ਸੋ ਮੀਨ ਕਿ ਉਹਨਾਂ ਕੀ ਬਰਕਤ ਪੈਸੀ ਆ, ਆਣੇ ਕਿ ਅਲਸੋ ਤਾਂ ਫਿਰ ਬਰਕਤ ਪੈਸੀ ਆ। ਹੁਣ ਚਲੋ ਇੱਕ ਬੂਟੇ ਅੱਲਾਂ ਸ਼ੁਰੂ ਹੋਈ ਗਏ ਤਾਂ ਮੈਂ ਵੀ ਆਪਣੀ ਵੀ ਕੋਈ ਸਿਸਟਮ ਬਣੀ ਜਾ, ਕਿਉਂਕਿ ਆਪਣਾ ਮੌਸਮ ਜਿਹੜਾ ਜੀ ਉਹ ਵੀ ਉਹਨਾਂ ਚੇਂਜ ਆਉਣ ਪਿਆ, ਚਾਰ ਛੜ ਪੈਣੇ ਪਏ, ਮਤਾ ਕੋਈ ਬਾਰਿਸ਼ ਹੋਈ ਜਾ, ਜਿਸ ਵੀ ਬਾਰਿਸ਼ ਹੋਣੀ ਨਾ ਉਹ ਦਿਹਾੜ ਜਿਹੜੀ ਆ ਜੀ ਉਹ ਚੰਗੀ ਗੁਜ਼ਰੀ ਜਾਣੀ ਆ। ਤਾਂ ਉਸ ਤੋਂ ਦੂਆ ਜਿਹਾ ਦਿਹਾੜਾ ਹੋਣਾ ਤਾਂ ਫਿਰ ਨਾ ਪੁੱਛੋ ਕਿ ਕਿਆ ਹਾਲ ਹੋਣਾ, ਉਹ ਫਿਰ ਜਿਹੜਾ ਹਾਲ ਹੋਣਾ ਨਾ ਇਸ ਵੇਲੇ ਮਾਂ ਜਿਹੜਾ ਹੋਣਾ ਉਹ ਹਾਲ ਹੋਣਾ ਆ। ਫਾਈਨਲੀ ਇਸ ਵੇਲੇ ਮੈਂ ਆਈ ਗਿਆ ਜੀ ਖਾਦਮਾਬਾਦ ਬਾਜ਼ਾਰ, ਨਮਾਜ਼ ਹੈ ਜੁਮਾ ਵਾਸਤੇ, ਤਾਂ ਮੋਟਰਸਾਈਕਲ ਸਾਂ ਖਲਾਇਆ ਜੀ ਆਪਣਾ ਹਮੇਸ਼ਾ ਨਹੀਂ ਤਰ੍ਹਾਂ ਬੂਟਿਆਂ ਦੇ ਨੀਚੇ ਛਾਵਾਂ। ਸਾਨੂੰ ਪਤਾ ਹੀ ਹੈ ਗਰਮੀ ਇਤਨੀ ਹੋਣੀ ਨਾ ਕਿ ਮੋਟਰਸਾਈਕਲ ਬੰਦਾ ਧੁੱਪਾ ਖਲਾਈ ਨਹੀਂ ਸਕਦਾ, ਤਾਂ ਜ਼ਰੂਰੀ ਹੈ ਕਿ ਮੋਟਰਸਾਈਕਲ ਆਪਣੇ ਜਿਹੜੇ ਹੈ ਜੀ ਉਹ ਛਾਵਾਂ ਖਲਾਏ ਜਾਣ, ਕਿਉਂਕਿ ਵੱਧ ਬਿਨਾਂ ਜਿਹੜਾ ਹੈ ਜੀ ਉਹ ਵੀ ਅਸਾਂ ਆਪੋ ਹੀ ਬਿਨਾਂ ਹੋਰ ਕਿਸੇ ਦੀ ਬਿਨਾਂ। ਬਾਕੀ ਅਗਰ ਸਾਂ ਹਦਮਾਬਾਦ ਬਾਜ਼ਾਰ ਨਾਲ ਵਿਊ ਤਾਂ ਕੋਈ ਮਾਸ਼ਾਅੱਲਾ ਬਹੁਤ ਹੀ ਪਿਆਰਾ ਵਿਊ ਹੈ ਜੀ, ਅੱਜ ਅਸਾਂ ਥੋੜ੍ਹੇ ਜਿਹੇ ਜਲਦੀ ਆਏ ਗਿਆ, ਤਾਂ ਇਸ ਵਜ੍ਹਾ ਤੋਂ ਰਸ਼ ਦੀ ਸੂਰਤ ਆਲਾ ਉਹ ਨਾ ਹੋਣੇ ਬਰਾਬਰ, ਕਿਉਂਕਿ ਆਵਾਮ ਜਿਹੜੀ ਅੱਛੀਆਂ ਜੋ ਉਹ ਐਨ ਟਾਈਮਾਂ ਬਚਣੀਆਂ ਐਨ ਮੌਕੇ ਬਚਣੀਆਂ, ਤਾਂ ਅਜਾ ਜਿਹੜੀ ਆਵਾਮ ਜਿਹੜੀ ਨਾ ਜੀ ਉਹ ਥੋੜ੍ਹੀ ਥੋੜ੍ਹੀ ਜਾਈ ਆ, ਜ਼ਿਆਦਾ ਨਹੀਂ ਜਾਈ ਆ, ਕਿ ਗੱਡੀਆਂ ਵਾਲੇ ਪਾਪੇ ਤਾਂ ਆਏ ਵੇ ਉਹਨਾਂ ਆਪਣੀਆਂ ਦੁਕਾਨਾਂ ਲਾਈਆਂ ਵਾ, ਫੇਰੀਆਂ ਲਾਈਆਂ ਵਾ, ਮਾਸ਼ਾਅੱਲਾ ਡਿਗਰੀ ਕਰੀ ਰਹੇ ਜੀ ਅੱਜ ਅੰਬ ਆਇਆ ਉਹ ਡਿਫਰੈਂਟ ਆਇਆ, ਮੁਕਤੀ ਹੋਇਆ, ਮਾਸ਼ਾਅੱਲਾ ਹਰ ਸਭ ਅੰਬ ਵੇਚੀ ਰਹੇ ਜੀ, ਆਵਾਮ ਦੀ ਖਿਦਮਤ ਕਰੀ ਰਹੇ, ਅਤੇ ਜਿਹੜਾ ਅੰਬ ਆਇਆ ਜੀ ਉਹ ਬੜਾ ਇਧਰ ਛੋਟਾ ਆ ਮਾਸ਼ਾਅੱਲਾ, ਅਤੇ ਨਾਲ ਲਿਆ ਵੇਖੋ ਸਾਨੂੰ ਲਾ 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 ਆਰੂ ਆਵਾਮ ਪਹਿਲੂ ਜੀ ਸ਼ੋਪਿੰਗ ਕਰਨੇ ਲਿਆ ਉਹ ਪਹਿਲੂ ਕਿ ਨਹੀਂ ਰਿਹਾ। ਸਲਾਮ ਅਲੈਕਮ ਜੀ, ਕਿਆ ਹਾਲ ਹੈ, ਠੀਕ ਹੋ, ਸਿਹਤ ਠੀਕ ਹੈ, ਕਿਆ ਹੁੰਦਾ ਉਹਨੇ ਅੱਜ ਤਾਂ ਗੱਡੀ ਭਰੀ ਤਾਂ ਹੁੰਦੀ ਰਹੇ, ਕਿਉਂਕਿ ਪਿਛਲੇ ਜੁਮੇ ਸਹੀ ਮੈਂ ਤੱਕਿਆ ਸੀ ਤਾਂ ਰਿਸਪੋਂਸ ਅੱਛਾ ਦਿੱਤਾ ਸੀ ਆਵਾਮ, ਕੇਲਾ ਵਿਕੀ ਗਿਆ ਸੀ ਸਾਰਾ, ਇਸ ਵਾਰੀ ਸਾ ਗੱਡੀ ਫੁੱਲ ਭਰੀ ਤਾਂ ਆਉਂਦੀ ਰਹੇ, ਆਵਾਮ ਨੇ ਖਿਦਮਤ ਕਰਨਾ, ਕਿਸਾ ਦਰਜਨ ਲਾਇਆ ਉਹਨੇ, ਦਰਜਨ 150 200 250 ਦੁਕਾਨਾਂ ਪਰ ਵਿਕਣਾ, ਉਹ ਕੇਲਾ ਬੜਾ ਹੋਣਾ ਨਾ, ਕੇਲਾ ਚੱਕ ਲਓ ਉਹਦਾ। ਚਲੋ ਜੀ, ਕੇਲਾ ਵੀ ਚੱਕ ਕਰਨੇ ਆ, ਅਗਰ ਕੇਲਾ ਬੜਾ ਨਾ ਤੇ ਨਹੀਂ ਜੁਰਮਾਨਾ ਹੋ ਸੀ, ਚੱਕ ਰਹੋ ਜੀ ਕੇਲਾ, ਚੱਕ ਕਰੋ ਜੀ, ਲੋਹੜੀ ਤੇ ਚੱਕ ਰਸੋਏ ਤਾਂ ਨਿਕਾ ਨਾ ਤੇ ਕੋਣਾ
ਛੋਟੀ ਚੀਜ਼ ਸੀ ਮਿੱਠੀ ਵੀ ਜ਼ਿਆਦਾ ਹੋਣੀ ਮਾਸ਼ਾਅੱਲਾ ਸਾਂ ਚੈੱਕ ਕਰੋ ਜੀ ਕੇਲਾ ਜਿਹੜਾ ਜੋ ਫੁੱਲ ਤਾਜ਼ਾ ਫਰੈਸ਼ ਮੈਂ ਕਿਹਾ ਇਹ ਬਹੁਤ ਹੈ ਇਸਾ ਜੂਸ ਵੀ ਬਣੀ ਜਾਣਾ ਖਾਲੀ ਜੂਸ ਬੜੀ ਬੜੀ ਚੀਜ਼ ਬਣਨੀ ਹੈ ਕਿਆ ਕਿਆ ਬਣਨੀ ਹੈ ਇਸਾ ਜੂਸ ਬਣਨਾ ਪਹਿਲੇ ਨੰਬਰ ਠੀਕ ਦੂਜਾ ਨੰਬਰ ਆਪੋ ਖਾਓ ਠੀਕ ਹੈ ਕਿਆ ਤਰਾ ਦਰਜਨ ਹੋਰ ਮਾਸ਼ਾਅੱਲਾ ਖਾਣ ਦਾ ਰੋ ਮੈਂ ਤਰਾ ਦਰਜਨ ਇਕੱਠਾ ਹੀ ਕਿੰਦਾ ਹੈ ਜੀ ਕੇਲਾ ਇਤਨਾ ਚੰਗਾ ਆ ਦੇਸੀ ਕੇਲਾ ਤੇ ਜ਼ਹਿਰਾ ਵਾਮ ਜੀ ਕੋਸ਼ਿਸ਼ ਹੈ ਜੀ ਉਹ ਇਕੱਠਾ ਹੀ ਕਿੰਜ ਲੱਗਿਆ ਕਿ ਪਾਪਾ ਹੋ ਜੇ ਮਿਸਲਾ ਅਗਲੀ ਵਾਰੀ ਉਹ ਜੁਮੇ ਵਾਰੀ ਮਿਸਲਾ ਹਫਤੇ ਬਾਅਦ ਮਿਸਲਾ ਬਾਕੀ ਕੁਝ ਵਾਮ ਹੈ ਕੋਸ਼ਿਸ਼ ਕਰੀ ਵੀ ਆ ਕਿ ਜੁਮੇ ਤੋਂ ਪਹਿਲਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਕਿੰਨੀਆਂ ਜੋ ਉਹ ਕਿੰਨੀ ਕਿਨਾ ਕਿ ਬਾਅਦ ਰਸ਼ ਹੋ ਜਾਣਾ ਤਾਂ ਫਿਰ ਮੌਕਾ ਵੀ ਨਹੀਂ ਮਿਲਣਾ ਬਾਅਦ ਇਸ ਵੇਲੇ ਬਿਜ਼ੀ ਹੈ ਜੀ ਪੈਸੇ ਗਿੰਨੇ ਵਿੱਚ ਪੈਸੇ ਨਾਲ ਇਤਨੇ ਜ਼ਿਆਦਾ ਹੋ ਗਏ ਨਾ ਕੇਲਿਆਂ ਤਾਰਫ ਹੀ ਨਹੀਂ ਕਰਿਆ ਉਹ ਉੱਥੇ ਹੀ ਭੁੱਲੀ ਗਏ ਇੱਕ ਦੋ ਤਰੇ ਚਾਰ ਪੰਜ ਛੇ ਸੱਤ ਅੱਠ ਨੌ ਦਸ ਹਿਸਾਬ ਵੀ ਭੁੱਲਣਾ ਬਾਕੀ ਉਹਨਾਂ ਪਾਪਾ ਨੂੰ ਵੀ ਮੌਕਾ ਮਿਲਿਆ ਕਿ ਉਹ ਆਪਣੀ ਦੁਕਾਨ ਜਿਹੜੀ ਅੱਜ ਉਹ ਸੈਟਿੰਗ ਕਰੀ ਕਿੰਨਾ ਅੱਜ ਪਰੇਸ਼ਾਨ ਹੀ ਲੱਗਣਾ ਭਾਈ ਕਿਆ ਵਜ੍ਹਾ ਗਰਮੀ ਦੀ ਵਜ੍ਹਾ ਸੀ ਪਰੇਸ਼ਾਨ ਹਾਲੇ ਪਠਾਣੇ ਗਰਮੀ ਕੋਲ ਲੱਗਣੀ ਆ ਹਾਲੇ ਉਹਨਾਂ ਘਿਓ ਖਾਧੇ ਹੋਣਾ ਕਿਆ ਕਿ ਨਾਲ ਨਾਲ ਮੌਸਮ ਤੱਕਿਆ ਹੋਣਾ ਗਰਮੀ ਸਰਦੀ ਜਿਹਨੇ ਗਰਮੀ ਲੱਗਣੀ ਹੈ ਜਾਂ ਸਰਦੀ ਲੱਗਣੀ ਹੈ ਮਾਸ਼ਾਅੱਲਾ ਸਾਹਿਬ ਦੇਖੋ ਜੀ ਖਾਨ ਸਾਹਿਬ ਆਰੂ ਨੇ ਸੈਟਿੰਗ ਕਰੀ ਰਹੀ ਅੱਜ ਅੱਜ ਇੰਨਾ ਜਿਹੜਾ ਅੰਬ ਆਉਂਦਾ ਨਾ ਜੀ ਉਹ ਕਾਲਾ ਅੰਬ ਆਉਂਦਾ ਕਿਆ ਵਜ੍ਹਾ ਅੱਜ ਮੁਖਤਲਿਫ ਆਉਂਦੇ ਨੇ ਮਾਸ਼ਾਅੱਲਾ ਕਿਆ ਰੇਟ ਹੈ ਇਹਨਾਂ ਦਾ ਰੇਟ ਹੋਇਆ ਕਿਆ ਵਜ੍ਹਾ ਅੰਬ ਐਂਡ ਨਹੀਂ ਹੈ ਅੱਛਾ ਚੱਲਦੇ ਪਏ ਬੋਲੀ ਸਾਹਿਬ ਕਿਆ ਹਾਲ ਹੈ ਠੀਕ ਹੋ ਮਸਜਿਦ ਉੱਧਰ ਹੈ ਸਾਨੂੰ ਇੱਧਰ ਪੁੱਛਣਾ ਪਿਆ ਉਹ ਮਸਜਿਦ ਟੋਪੀ ਲਾਈਦਾ ਅੱਛਾ ਨਮਾਜ਼ ਪੜ੍ਹਨ ਨਾਲ ਹੀ ਕਿ ਨਹੀਂ ਜਾਣੇ ਹੋ ਹੁਣ ਯਾਦ ਰਹੇ ਸੀ ਨਾ ਜੁਮੇ ਸਵਾਲ ਫਿਰ ਨਾ ਯਾਦ ਰਹਿ ਸ਼ਾਬਾ ਸੋ ਨਿਕਲੀ ਤਾਂ ਅਗਲੀ ਤਾਂ ਜਾਓ ਇੱਥੇ ਸਾਨੂੰ ਤਾਂ ਘਰ ਜੀ ਵਰਾਇਟੀਆਂ ਲਗੀਆਂ ਹੋਈਆਂ ਇੱਥੇ ਜਿਹੜੀਆਂ ਵਰਾਇਟੀਆਂ ਲਗੀਆਂ ਉਹ ਸਬਜ਼ੀ ਵਾਲੀਆਂ ਲਗੀਆਂ ਆਵਾਮ ਵੀ ਬੈਠੀ ਹੋਈ ਆ ਤੇ ਬਾਕੀ ਸਾਨੂੰ ਦੁਕਾਨ ਜਿਹੜੀਆਂ ਜੀ ਉਹ ਬੰਦ ਹੀ ਆ ਨਮਾਜ਼ ਜੁਮਾ ਹੋਇਆ ਐਸਾ ਸਪੈਸ਼ਲ ਪਾਪਾ ਜਿਹੜਾ ਇੱਥੇ ਵਰਾਇਟੀਆਂ ਆਉਣਾ ਜੀ ਡਿਫਰੈਂਟ ਅੱਜ ਇਸ ਅੰਬ ਆਉਂਦਾ ਆ ਅੱਜ ਬੁਖਾਰਾ ਆਉਂਦਾ ਆ ਆਰੂ ਆਉਂਦਾ ਨਾਲ ਹੀ ਸਬਜ਼ੀ ਆਉਂਦੀ ਆ ਖਾਨ ਸਾਹਿਬ ਸਰ ਸਾਹਿਬ ਇਸ ਸ਼ਾਪ ਲਾਉਣਾ ਤਾਂ ਮੁਖਤਲਿਫ ਚੀਜ਼ਾਂ ਆਉਣੇ ਸਾਡੀ ਦੁਕਾਨਾਂ ਪਰ ਹਰ ਚੀਜ਼ ਮਿਲਣੀ ਆ ਅੱਜ ਸਪੈਸ਼ਲ ਤੁਸਾਂ ਆਉਂਦਾ ਜੀ ਅਲਬੁਖਾਰਾ ਵੀ ਜੀ ਜੀ ਸਪੈਸ਼ਲ ਸਭ ਕੁਝ ਹੈ ਭਾਈ ਅੰਬ ਵੀ ਹੈ ਅਲਬੁਖਾਰਾ ਵੀ ਹੈ ਆੜੂ ਵੀ ਹੈ ਟਮਾਟਰ ਵਗੈਰਾ ਵੀ ਕੀਵੀ ਵੀ ਥੋੜੇ ਬਹੁਤ ਸਬਜ਼ੀ ਅਲਬੁਖਾਰਾ ਨੇ ਮਤਲਬ ਕਿਹਾ ਦੋ ਕਿਸਮਾਂ ਇੱਥੇ ਤਾਂ ਕਿਆ ਰੇਟ ਹੈ ਇਹਨਾਂ ਨੇ ਅਲਬੁਖਾਰਾ 350 ਦੋਏ 400 ਰੁਪਏ ਰੇਟ ਹੈ ਆਮ ਬਾਜ਼ਾਰ ਵਿੱਚ ਅਲਬੁਖਾਰਾ ਮਹਿੰਗਾ ਕੀ ਹੈ ਅਲਬੁਖਾਰਾ ਬੜਾ ਮਹਿੰਗਾ ਹੈ ਕੋਈ ਸਮਝ ਨਹੀਂ ਮਾਲ ਮਹਿੰਗਾ ਹੋ ਗਿਆ ਸ਼ਾਰਟ ਹੋ ਗਿਆ ਮਾਲ ਇਹ ਘੱਟ ਚਣਾ ਤਾਂ ਮਹਿੰਗਾ ਹੈ ਕਿਆ ਵਜ੍ਹਾ ਜੀ 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 ਬਾਕੀ ਮਾਸ਼ਾਅੱਲਾ ਨਾਲ ਸਾਂ ਵੈਰਾਈਟੀ ਚੱਕ ਰੋਈ ਸਾਰੀ ਵੈਰਾਈਟੀ ਜਿਹੜੀ ਹੈ ਜੋ ਉਹ ਤਾਜ਼ੀ ਆ ਸ਼ਾਪਰ ਸਾਹ ਤੱਕਣੇ ਉਹ ਵੀ ਪੈਕ ਕਰਦਾ ਗੰਗਲੂ ਤੱਕਣੇ ਉਸ ਉਸ ਤੋਂ ਬਾਅਦ ਖੀਰੇ ਤੱਕਣੇ ਉਸ ਜੀ ਤੋੜੀਆਂ ਤੱਕਣੇ ਉਸ ਇਸਲਾਮਾਬਾਦ ਤੋਂ ਆਉਂਦਾ ਨਾ ਅੱਜ ਮੰਡੀ ਵੀ ਗਏ ਸੋ ਠੀਕ ਹੈ ਜੀ ਮਾਸ਼ਾਅੱਲਾ ਬਾਕੀ ਆਸਾਂ ਤੱਕ ਜੀ ਅਦਰਕ ਵਗੈਰਾ ਵੀ ਨਾ ਆਉਂਦੀ ਆ ਮਾਸ਼ਾਅੱਲਾ ਇਹ ਹਰ ਆਂਡੀ ਦੀ ਜਿਹੜੀ ਜ਼ਰੂਰਤ ਹੈ ਜੀ ਅਦਰਕ ਨਾਲ ਬਹੁਤ ਆਂਡੀ ਮੁਕੰਮਲ ਨਹੀਂ ਹੋਣੀ ਨਾ ਹੀ ਉਸ ਨਾਲ ਜ਼ਾਇਕਾ ਬਣਨਾ ਤਾਂ ਅਦਰਕ ਉੱਧਰ ਵੀ ਆ ਇੱਧਰ ਵੀ ਆ ਮਾਸ਼ਾਅੱਲਾ ਆਸਾਂ ਤੱਕ ਜੀ ਅਦਰਕ ਅਦਰਕ ਤਾਂ ਸਾਰੀ ਮਹਿੰਗੀ ਹੋਸੀ ਨਾ ਖਾਨ ਸਾਹਿਬ ਸਭ ਚੀਜ਼ ਹੋਸੀ ਮਹਿੰਗੀ ਕਿਹੜਾ ਰੇਟ ਚੱਲੀ ਅਸਲ ਅਦਰਕ ਤਕਰੀਬਨ 1000 ਰੁਪਏ ਕਿਲੋ ਵੇਚ 1000 ਰੁਪਏ ਕਿਲੋ ਤਾਂ ਆਵਾਮ ਪਾ ਵੀ ਨਾ ਖੰਨੀ ਉਸ ਨੂੰ ਪਾ ਕਰਨੀ ਪਾਸ ਜ਼ਿਆਦਾ ਨਹੀਂ ਬਹੁਤ ਹੈ ਪਾਸ ਜ਼ਿਆਦਾ ਉੱਪਰ ਕੋਈ ਨਹੀਂ ਆ ਪਾਸ ਜ਼ਿਆਦਾ ਨਹੀਂ ਖਾਈ ਸਕਣੀ ਆਵਾਮ ਕਿਉਂਕਿ ਇਸ ਨਾਲ ਰੇਟ ਜਿਹੜਾ ਜੀ ਤਾਂ ਦੇ ਦਾ ਵੈਸੇ ਵੀ ਆਂਡੀ ਜਿਹੜੀ ਪਈ ਨਾ ਇਹ ਜ਼ਰਾਕ ਪਈ ਆ
ਬਾਕੀ ਹੁਣ ਅਸਾਂ ਰਸ਼ਨੀ ਹਸਪਤਾਲ ਚੈੱਕ ਕਰੀ ਗਏ ਜੀ, ਇੱਥੇ ਰਸ਼ਨੀ ਹਸਪਤਾਲ ਘਰ ਗਿਆ ਬਾਅਦ ਜੁਮਾ ਟਾਈਮ ਜਿਹਾ ਹੈ ਜੀ, ਉਹ ਕਲੋਜ਼ ਆ ਤਾਂ ਸਾਰੀ ਹਵਾ ਮੈਂ ਜੁਮਾ ਵਾਸਤੇ ਮਸਜਿਦ ਵੀ ਕੇ ਨਮਾਜ਼ ਜੁਮਾ ਪੜ੍ਹੀ ਛਾਂ ਤਾਂ ਫਿਰ ਸ਼ਾਪਿੰਗ ਕਰਾਂ। ਅਸਾਂ ਦੇਖੋ ਜੀ ਸਾਡੇ ਅੰਕਲ ਵੀ ਜਾਈ ਰਹੇ ਨਮਾਜ਼ ਜੁਮਾ ਵਾਸਤੇ ਮਸਜਿਦ ਵਿੱਚ ਮਾਸ਼ਾ ਅੱਲਾਹ, ਅਤੇ ਬਾਕੀ ਆਵਾਮ ਸਾਥ ਕੋਲ ਮੁੜ ਸਕਦਾ ਪਰ ਜਾਈ ਰਿਹਾ ਮਸਜਿਦ ਜੁਮਾ ਪਸੰਦ ਫਾਈਨਲੀ ਨਮਾਜ਼ ਜੁਮਾ ਪੜ੍ਹੀ ਤਾਂ ਅਸਾਂ ਆਈ ਗਏ ਜੀ, ਅੱਜ ਅਸਾਂ ਜੇ ਬਾਜ਼ਾਰੇ 'ਚ ਆਏ ਹਾਂ ਥੋੜ੍ਹੇ ਜਿਹੇ ਜਲਦੀ ਆਏ, ਜਿਸ ਦੀ ਵਜ੍ਹਾ ਸੋ ਤੁਹਾਨੂੰ ਸਾਡਾ ਰਸ਼ ਨਜ਼ਰ ਆਈ ਰਿਹਾ ਸੀ ਜੀ, ਉਹ ਵੀ ਥੋੜ੍ਹਾ ਥੋੜ੍ਹਾ ਨਜ਼ਰ ਆਈ ਰਿਹਾ ਸੀ, ਜ਼ਿਆਦਾ ਨਜ਼ਰ ਨਾ ਆਈ ਰਿਹਾ ਸੀ, ਬਾਕੀ ਹਮਾਰੇ ਪਿੱਛੇ ਆਈ ਰਹੀ ਹੈ, ਮੈਂ ਅੱਗੇ ਆਈ ਰਿਹਾ, ਇਹ ਚੌਕੀਦਾਰ ਮੈਂ ਖਲਤੇ ਹੋ ਰਿਹਾ ਹਮੇਸ਼ਾ। ਅਸਲਾਮ ਵਾਲੇਕੁਮ, ਠੀਕ ਹੋ ਸਰ? ਠੀਕ, ਖੈਰ ਮੁਬਾਰਕ ਸਾਹਿਬ ਜੀ, ਮੁਬਾਰਕ ਹੋਇਆ, ਚੌਕੀਦਾਰੀ ਕਰੀ ਰਹੇ ਹੋ? ਮੈਂ ਸਮਝਿਆ ਵੀ ਤੱਕੀ ਰਿਹਾ ਸਰ, ਜੁੱਤੀ ਦਾਰੀ 'ਚ ਹੀ ਖੜੀ ਆ, ਪਿਛਲੀ ਵਾਰੀ ਜੁੱਤੀ ਚਾਨ ਹੋਈ ਸੀ, ਇਹ ਤਾਂ ਬਗਣੀ ਪਈ ਆ ਇਸ ਵੇਲੇ, ਹੋਰ ਕਿਆ ਨਵੀਂ ਤਾਜ਼ੀ ਹੈ? ਅੱਜ ਕੱਲ੍ਹ ਇਹਨੇ ਵਰਾਇਟੀ ਆਈ ਵੀ ਹੈ, 300 ਖਾਲੀ ਤੱਕ ਸੋ ਹੋਇਆ, ਅੱਜ ਕੱਲ੍ਹ ਜਿਹੜਾ ਬਹੁਤ ਜ਼ਿਆਦਾ ਹੋਇਆ, ਅੱਜ ਗੱਡੀ ਫੁੱਲ ਭਜਤਾ ਹੁੰਦੀ ਆ, ਤਾਂ ਬਾਕੀ ਹੁਣ ਸਾਰਾ ਤੱਕ ਜੀ ਬਾਜ਼ਾਰ ਨਹੀਂ ਸੁਣਿਆ, ਤਾਲ ਬਾਜ਼ਾਰ ਹੀ ਹੁਣ ਪਤਾ ਚੱਲੀ ਰਿਹਾ, ਵਾਕਈ ਥਾ ਰਸ਼ ਹੈ, ਹਵਾ ਵੀ ਤਾਂ ਬਸਣੀ ਆ, 2 ਮਿੰਟ ਪਹਿਲੇ ਪਤਾ ਹੀ ਨਹੀਂ ਸੀ ਚਲਾ ਕੇ ਥਾ ਹਵਾ ਮੈਂ ਵੀ ਆ ਯਾਰ ਕੋਲ, ਹੁਣ ਸਾਰਾ ਤੱਕ ਜੀ ਇੱਥੇ ਪੈਰ ਰੱਖਣੀ ਜਗ੍ਹਾ ਨਹੀਂ ਮਿਲੀ ਰਿਹਾ, ਇਤਨਾ ਜ਼ਿਆਦਾ ਰਸ਼ ਆ, ਮਾਸ਼ਾਅੱਲਾ ਸਾਰਾ ਤੱਕ ਜੀ ਮੇਰਾ ਕਿਆ ਹੀ ਬਾਤ ਹੈ, ਸਾਰੇ ਭਾਬੇ ਹੋਏ ਜੀ ਸਰ, ਠੀਕ ਹੈ, ਹੋਰ ਸੁਣਾਓ ਕਦੋਂ ਹੋਈ ਆਮਦ? ਹਫ਼ਤਾ ਹੋ ਗਿਆ ਮਿਲਣਾ ਹੀ ਕਣੀ, ਉਹ ਤਾਂ ਪਤਾ ਨਹੀਂ ਕਿੱਥੇ ਰਹਿਣੇ ਹੋ, ਬਿਜ਼ੀ ਲਾਈਫ ਹੈ, ਬਿਜ਼ੀ ਲਾਈਫ ਹੈ, ਕਰੇ ਕੰਮਾਂ ਕਾਜੇ ਹੀ ਮਸਰੂਫ ਹੋ, ਵਾਪਸੀ ਨਹੀਂ ਆਣੇ, ਉਧਰੋਂ ਸ਼ਾਪਿੰਗ ਕਰੀ ਦਾ ਇਸ਼ਾਰਾ, ਉਧਰੋਂ ਜਾਣਾ ਤਾਂ ਉਧਰ ਹੀ ਸ਼ਾਪਿੰਗ ਛੁੜੀ ਜਾਣੀ, ਦੋਸਤੋ ਕੈਸਾ ਦਿਨ ਗੁਜ਼ਰੀ ਰਹੇ, ਕਿਤੇ ਦਿਹਾੜੇ ਗਏ, ਦੂਸਰਾ ਟਾਈਮ ਵਾਸਤੇ ਆਏ ਵੇ ਹੋ? ਦੋ ਵੀਕਾਂ ਵਾਸਤੇ, ਐਮਰਜੈਂਸੀ ਆ ਫਿਰ, ਚਲ ਠੀਕ, ਅੱਲਾ ਬਹੁਤ ਕਸੀਆ, ਹੋਰ ਸੁਣਾਓ ਸਰ, ਠੀਕ ਹੈ ਨਾ? ਅੱਜ ਮੇਰਾ ਠੀਕ ਹੋਇਆ, ਜਿੱਦਾਂ ਵੀ ਮੈਂ ਪਿੱਛੇ ਜਿਹਾ ਵੀਡੀਓ ਬਣਾ ਗਿਆ ਸੀ, ਕਾਲਾਂ ਸ਼ਾਲਾਂ ਅੱਛੀਆਂ ਸਰ, ਤਾਂ ਨਹੀਂ ਨਾ ਕਾਲਾਂ ਅੱਛੀਆਂ ਸਰ, ਇਤਰਾਰ ਸਾਹਿਬ ਘੁਤਾ ਰਹੇ ਹੋ, ਬੜੇ ਅਰਸੇ ਬਾਅਦ ਤੱਕਿਆ, ਬਸ ਇੱਦਾਂ ਹੀ ਹੋਣੇ ਬਜ਼ਾਰ ਹੈ, ਤੁਸੀਂ ਆਪੂ ਆਸਾ ਹੀ ਕੁੱਝ ਤੱਕਣੇ ਹੋ, ਪਹਿਲੀ ਤਾਂ ਗੱਲ ਇਹ ਹੈ, ਅੱਛਾ ਮੈਂ ਨਾ ਤੱਕਣਾ, ਇਹ ਸਕਵਾ ਸਰ, ਠੀਕ ਹੈ, ਗਰਮੀ ਤਾਂ ਨਹੀਂ ਪੱਕੀ ਗੱਲ ਹੈ, ਦੱਸੋ ਸੁਣੋ ਤਾਂ ਹਾਲ ਚੱਕ ਕਰੀ ਜੀ, ਗਰਮੀ ਆਇਆ ਯਾਰ ਪਾਣੀ ਭਾਪੇ ਦਾ ਪੂਰੇ ਕੱਪੜੇ ਜਿਹੇ ਆਇਆ ਜੀ, ਉਹ ਸਿਹਰੇ ਵੇ ਕਦੇ ਹਾਲ ਲਾਉਣਾ ਸਰ, ਕਿਸਾ ਕੁਛ ਹੈ? ਅੱਛਾ ਰਕਸ਼ੇ ਪਰ ਭਾਪਾ ਮਾਲਕ ਸੋ ਡਿੱਕੀ ਹੈ, ਹੁਣ ਤਾਂ ਵਾਮ ਜਿਹੜੀ ਆ ਜੀ ਉਹ ਸਾਰੀ ਨਿਕਲੀ ਹੈ, ਤਾਂ ਸਾਂ ਬੰਦਾ ਨਹੀਂ ਨਿਕਲਦਾ ਜਾ, ਅੱਛਾ ਵੀ ਨਹੀਂ ਤੋਬਾ ਕਰੋ, ਬਾਜ਼ਾਰ ਚ ਆ ਗਿਆ ਜੀ, ਟਰੱਕ ਟਰੱਕ ਹੈ ਹੁਣ ਪਤਾ ਨੀ ਕਿਆ ਆਉਂਦਾ ਆ, ਟਰੱਕ ਗਿਆ ਸੀਗਾ ਜੀ, ਮੰਡੀ ਵਿੱਚ ਗਿਆ ਸੀਗਾ, ਤਾਂ ਮੰਡੀ ਵਿੱਚੋਂ ਮੈਂ ਆਉਣਾ ਮਾਲ ਸਾਰਾ ਜਿਹਾ ਜੀ ਲੱਦੀ ਦਾ ਆਈ ਆ ਜੀ, ਖਾਦਮਾਬਾਦ ਬਾਜ਼ਾਰ ਵਿੱਚ, ਤਾਂ ਖਾਦਮਾਬਾਦ ਹੁਣ ਬਾਜ਼ਾਰ ਜੋ ਹੈ ਜੀ ਉਹ ਫਿਲ ਹੋਇਆ ਹੋਇਆ, ਮਾਸ਼ਾਅੱਲਾ ਸਾਂ ਤੱਕ ਹੋਇਆ ਜੀ,
ਸੂਰਤ ਹਾਲ ਬਾਜ਼ਾਰਾਂ ਨੇ ਬਾਜ਼ਾਰ ਜਿਹੜਾ ਜੀ ਇਸ ਵੇਲੇ ਫੁੱਲ ਬਿਜ਼ੀ ਬਾਜ਼ਾਰ ਬਣਦਾ ਵਾ ਆਵਾਮ ਕੇਲੇ ਅੰਬ ਆੜੂ ਕਿੰਨੀ ਰਹੀ ਹੈ ਜੀ ਇੱਥੋਂ ਜਿਹਾ ਉਹਨਾਂ ਨੂੰ ਕਿੰਨਾ ਆ ਇਹ ਪਾਪਾ ਹੁਣ ਆਏ ਲੇਟ ਹੋ ਗਿਆ ਸਾਂ ਲੇਟ ਹੋ ਗਏ ਉਹ ਸਾਂ ਦਾ ਇੰਤਜ਼ਾਰ ਕਰਨੇ ਪਏ ਸਨੇ ਹਾਂ ਪਾਪਾ ਹੋਰ ਅੱਛਾ ਤਾਂ ਮਨਾ ਹਿਸਾਬ ਇਹ ਅਸੀਂ ਆ 300 350 ਕਿੰਨੀ ਦੇ ਪੱਕਾ ਕਿਆ ਕਹਿੰਦਾ ਨੇ ਕੁਝ ਨਹੀਂ ਕਹਿੰਦਾ ਨੇ ਪਸੰਦ ਨਹੀਂ ਆਇਆ ਇਹਨਾਂ ਭਾਬੇ ਨੂੰ ਵੀ ਪਸੰਦ ਨਹੀਂ ਆਇਆ ਕਿਉਂਕਿ ਹੁਣ ਚੀਜ਼ਾਂ ਕਿ ਹੈ ਨਹੀਂ ਜੀ ਰੇਟ ਉਹ ਉੱਪਰ ਚੜ੍ਹਨੇ ਪਏ ਕਿਆ ਹਾਲ ਹੈ ਠੀਕ ਹੋ ਅੱਲਾ ਸ਼ੁਕਰ ਮੈਂ ਇਹ ਬਣਾ ਮੈਂ ਚੀਜ਼ਾਂ ਨੇ ਰੇਟ ਉੱਪਰ ਚੜ੍ਹਨੇ ਪਏ ਤਾਂ ਆਵਾਮ ਘੱਟ ਕਿੰਨੀ ਪਈ ਹੈ ਅਸਲ ਹੈ ਇਨਸ਼ਾ ਅੱਲਾ ਬਿਹਤਰ ਅਸੀਂ ਹੈ ਭਾਬੇ ਹੁਣ ਜਿਹੜੇ ਤਾਂ ਬਾਕੀ ਆਵਾਮ ਬਿਜ਼ੀ ਹੈ ਇਸ ਵੇਲੇ ਸ਼ਾਪਿੰਗ ਕਰਨੇ ਵਿੱਚ ਅੰਬ ਕਿੰਨੇ ਹੈਗੀ ਕੁਝ ਆਵਾਮ ਜਿਹੜੀ ਹੈਗੀ ਉਹ ਕੇਲੇ ਵੀ ਕਿੰਨੀ ਆ ਮਾਸ਼ਾ ਲਾਕੀਆਂ ਕਿ ਉਹਨਾਂ ਕੇਲਿਆਂ ਸੀਜ਼ਨ ਆ ਗਿਆ ਤਾਂ ਦੇਸੀ ਕੇਲਾ ਹਲਵਾ ਬਾਅਦ ਹੀ ਬਾਜ਼ਾਰ 'ਚ ਆਇਆ ਵਾ ਤਾਂ ਦੇਸੀ ਕੇਲਾ ਜੋ ਹੈ ਉਹ ਕੁਦਰਤ ਕੁਦਰਤ ਲੱਭਿਆ ਤਾਂ ਇਸ ਦਾ ਸੀਜ਼ਨ ਆਉਣਾ ਮਹੀਨਾ ਦੋ ਮਹੀਨੇ ਆਉਣਾ ਕਦਾ ਨਹੀਂ ਆਉਣਾ ਤਾਂ ਫਿਰ ਆਵਾਮ ਇਹ ਕੇਲੇ ਕਿੰਨੀ ਆ ਤਾਂ ਦੂਸਰੇ ਨਹੀਂ ਕਿੰਨੀ ਆ ਬਾਜ਼ਾਰੇ ਆਵਾਜ਼ ਲੱਗੀ ਰਹੀ ਹੈ ਜੀ ਤਾਜ਼ਾ ਮਿੱਠਾ ਕੇਲਾ 150 150 150 ਚਲੇ ਆਓ 150 ਮਾਸ਼ਾ ਅੱਲਾ ਆਵਾਜ਼ ਆ ਵੀ ਖੈਂਚੀ ਦਾ ਜੋ ਬੜੇ ਦੂਰੋਂ ਆਇਆ ਤਾਂ ਮੈਂ ਚਲੋ ਇਸੀ ਵੀ ਚੱਕ ਕੜੀ ਜਲਾ ਤਾਂ ਪਾਪਾ ਜਿਹੜਾ ਜੇ ਪਰੇਸ਼ਾਨ ਅਸਾਂ ਕਿੰਦਾ ਕੋਣ ਕੋਣ ਕਿੰਦਾ ਨੇ ਤੇ ਕਿਆ ਤੱਕਣੇ ਪਏ ਹੁਣ ਕੇਲਾ ਲੱਭਿਆ ਅੰਬ ਲੱਭਿਆ ਕੁਝ ਵੀ ਨਹੀਂ ਉਹਨਾਂ ਕੁਝ ਵੀ ਨਹੀਂ ਕਿੰਨਾ ਇੰਤਜ਼ਾਰ ਕਰੀਏ ਅਸਾਂ ਤਾਂ ਕਦੇ ਹਵਾ ਮੈਂ ਕੇਲੇ ਕਿੰਨੀ ਖਾਦਮਾ ਬਾਅਦ ਨੇ ਝਰਮੇਨ ਸਾਹਿਬ ਇਸ ਵੇਲੇ ਕੇਲੇ ਕਿੰਨੇ ਹੀ ਮਸਰੂਫ ਹੈ ਮਾਸ਼ਾ ਅੱਲਾ ਇੱਧਰ ਖਾਨ ਸਾਹਿਬ ਵੀ ਆ ਰਹੇ ਮੰਨ ਲਓ ਟੈਕੇ ਲੈਣਾ ਸਰ ਜਾਂ ਸਫਾਈ ਕਰਨਾ ਸਰ ਟੈਕੇ ਲੈ ਰਿਹਾ ਸਫਾਈ ਕਰੀ ਰਿਹਾ ਇਹ ਨਾਲੋ ਲਾਈ ਰਹੇ ਜੇ ਲੋਕਾਂ ਹੀ ਮਾਰਨੇ ਸਜਾ ਵਾਹ ਵੀ ਥਾ ਚੀਨਾ ਐਕਸਟਰਾ ਹੈ ਚੀਜ਼ਾਂ ਨੇ ਕਿੰਨੀਆਂ ਉਹਨਾਂ ਨੇ ਸਿਰੇ ਹੀ ਮਾਰ ਸਨ ਐਸਾ ਤੱਕਾ ਜੀ ਕਿਸਾ ਲਾਈ ਤਾਂ ਮਾਰ ਹੀ ਰਿਹਾ ਆਵਾਮ ਕੀ ਮਾਸ਼ਾ ਅੱਲਾ ਸਾਂ ਤੱਕਾ ਜੀ ਪਾਪਾ ਫਿਰ ਗੱਜਣਗੇ ਪੂਰੇ ਬੇਕਰੀ ਜਿਹੜੀ ਨਾ ਅੱਜ ਨਹੀਂ ਆਇਆ ਨਾ ਸਾਰੀ ਬਾਹਰ ਕੱਢੀ ਜਾਂਦਾ ਤਾਂ ਬਾਕੀ ਹੁਣ ਅਸਾਂ ਵੀ ਕਿੰਨੇ ਆ ਤਾਂ ਫਿਰ ਨਿਕਲੇ ਘਰ ਆਏ ਮਾਸ਼ਾ ਅੱਲਾ ਕੱਲਾ ਜਾਇਆ ਜਾ ਅੱਜ ਉਹਦਾ ਬਹੁਤ ਹੀ ਅੱਛਾ ਆ ਤਾਂ ਅਸਾਂ ਵੀ ਪਸੰਦ ਆਇਆ ਮੈਚ ਅਸਾਂ ਵੀ ਕਿੰਨੇ ਜੀ ਲੈ ਆ ਜੀ ਬਾਕੀ ਹੁਣ ਅਸਾਂ ਆ ਗਏ ਜੀ ਦੂਸਰੀ ਗੱਡੀ ਪਰ ਇੱਥੋਂ ਅਸਾਂ ਹੁਣ ਕੋਈ ਸਮਾਨ ਕਿੰਨਾ ਸੀ ਮਾਰੇ ਵਾਲੇ ਬੁਖਾਰਾ ਜਿਹਾ ਜੀ ਨਾ ਵੇਚੀ ਉੜਿਆ ਕਿਉਂਕਿ ਅਸਾਂ ਜਿਹੜੇ ਆਏ ਨਾ ਉਹ ਲੇਟ ਆਏ ਹਾਂ ਚਲੋ ਫਿਰ ਵੀ ਚੱਕ ਕਰਨੇ ਆ ਮਤਾ ਗੁਜ਼ਾਰਾ ਹੋ ਹੀ ਜਾ ਕਾਲਾ ਜੀ ਠੀਕ ਹੋ ਸਮਾਨ ਕਿੰਨੀ ਰਿਹਾ ਖਾਨ ਸਾਹਿਬ ਜੀ ਬਾਈ ਅਲ ਬੁਖਾਰਾ ਲੱਭ ਸੀ ਆ ਦੂਸਰਾ ਕਾਲਾ ਅਲ ਬੁਖਾਰਾ ਇਹ ਨਹੀਂ ਇਹ ਤਾਂ ਦੂਸਰਾ ਹੋ ਗਿਆ ਨਾ ਦੇਸੀ ਵਾਲਾ ਵਲੇਤੀ ਵਾਲਾ ਨਹੀਂ ਹੈ ਲੇਤੀ ਨਹੀਂ ਮੁੱਕੀ ਗਿਆ ਚਲੋ ਅੰਬ ਹੀ ਦਿਓ ਆ ਫਿਰ ਅੰਬ ਹੀ ਕਿੰਨੇ ਆ ਅੰਬਾਂ ਬੜੀ ਗੁਜ਼ਾਰਾ ਕਰਨੇ ਆ ਜੀ ਅੰਬ ਜਿਹੜਾ ਜੀ ਅੱਜ ਆਇਆ ਅੰਬ ਕੀ ਅੱਛਾ ਵਾਲਾ ਦੇਖੋ ਨਾ ਇਹ ਵਾਲਾ ਨਹੀਂ ਇਨਮੇ ਸੇ ਵੀ ਦੇਖੋ ਇਨਮੇ ਸੇ ਹਾਂ ਇਨਮੇ ਸੇ ਵੀ ਦਿਓ ਕਿਲੋ ਦੇ ਦਿਓ ਹੋ ਪੱਕਾ ਹੋ ਕੱਚਾ ਨਾ ਹੋ ਫਾਈਨਲੀ ਸ਼ਾਪਿੰਗ ਵਗੈਰਾ ਹੋਈ ਗਈ ਆ ਤਾਂ ਹੁਣ ਅਸਾਂ ਨਿਕਸਾਂ ਘਰਾਂ ਦੀ ਤਰਫ ਗਰਮੀ ਅਸਾਂ ਅੰਦਾਜ਼ਾ ਕਰ ਸਕਦੇ ਹਾਂ ਮਾੜੇ ਮੂੰਹ ਅਸੂੰ ਕਿ ਗਰਮੀ ਕਿੰਨੀ ਆ ਇਹ ਜੇ ਮੈਂ ਸਿਰਫ ਬਾਜ਼ਾਰ ਹੀ ਖਲਤਾ ਹੋਇਆ ਸਾਂ ਅਗਰ ਫਿਰਨਾ ਤੁਰਨਾ ਸਾਂ ਤਾਂ ਫਿਰ ਗਰਮੀਆਂ ਜਿਹਾ ਸੀਨ ਹੋਇਆ ਨਾ ਉੱਥੋਂ ਜ਼ਿਆਦਾ ਯਾਰ ਥੋੜ੍ਹਾ ਨਾ ਹੋਇਆ ਤਾਂ ਵੇਖੋ ਆ ਮੋਟਰਸਾਈਕਲ ਸਾਂ ਕਿਸ ਵਜ੍ਹਾ ਤੋਂ ਛਾਮਾਂ ਖਿਲਾਉਣੇ ਆ ਕਿਉਂਕਿ ਇੱਥੇ ਛਾਮ ਟਿਕੀ ਰਹਿਣੀ ਆ ਧੁੱਪ ਨਹੀਂ ਅਛਣੀ ਆ ਤਾਂ ਇਸ ਵਜ੍ਹਾ ਤੋਂ ਮੋਟਰਸਾਈਕਲ ਸਾਂ ਜਾ ਖਿਲਾਉਣੇ ਨਾ ਉਹ ਵੀ ਇੱਥੇ ਖਿਲਾਉਣੇ ਆ 24 ਘੰਟੇ ਸਾਂ ਇੱਥੇ ਖਲਾਈ ਜਾਓ ਤਾਂ ਫਿਰ ਵੀ ਧੁੱਪ ਨਹੀਂ ਅਛਣੀ ਆ ਖੈਰ ਹੁਣ ਜਿਸਾਂ ਜੇ ਘਰ ਗਰਮੀ ਕਾਫੀ ਹੋਈ ਗਈ ਆ ਅਜੇ ਵੀਡੀਓ ਦੌਰਾਨ ਗਲਤੀ ਕਿਸੇ ਨੂੰ ਗਲਤੀ ਕੀਤੀ ਹੋਈ ਤਾਂ ਮਾਫ ਕਰ ਬਹੁਤ ਜਲਦੀ ਸਾਨੂੰ ਖਿਦਮਤ ਕਰਨੇ ਵੀਡੀਓ ਹਾਜ਼ਰ ਹੋ ਸਾਂ ਤਦ ਤੱਕ ਦੱਸੋ ਇਜਾਜ਼ਤ ਕੀ ਮਾਨ ਅੱਲਾ